ਕੀਤੀ ਮਰ ਜਾਵਾਂ ਜੁਮਲਾ ਮੈਂ ਨਾ ਪੜਾਂ ਰੋਂਦਾ ਉਹ ਜਿੰਦਾ ਕਈ ਨੁਕਸਾਨ ਹੋਏ ਯਕਦਮ ਜੋ ਨਿਗਾਹ ਪਈ ਹੈ ਨਾ ਯਕਦਮ ਹੁਸੈਨ ਦੀ ਬਾਬਾ ਨਜ਼ਰ ਆਏ ਤੇ ਹਸਨ ਨਜ਼ਰ ਆਏ ਜਿਹੜੀ ਗੱਲ ਕੀਤੀ ਹੈ ਨਾ ਭੈਣਾ ਤਾਂ ਮਰ ਗਈ ਆ ਹੁਸੈਨ ਸੋਹਣੇ ਦੇ ਹੱਥ ਬੰਨ ਕੇ ਪਿਆ ਦੇ ਦੋ ਅਮੀਰ ਗਰੀਬ ਦੇ ਦਰਵਾਜ਼ੇ ਤੇ ਮਰਹਬਾ ਮਰਹਬਾ ਸੈਯਦਾ ਦੇ ਗੱਲ ਲਾ ਬਾਬਾ ਲਾ ਜ਼ਿਆਦਾ ਮਹਿਮਾਨ ਹੈ ਮਰਹਬਾ ਰੋ ਕਿਆ ਦਾ ਬਾਬਾ ਮੈਂ ਖਾਬ ਡਿਠਾ ਹੈ ਅੰਮਾ ਜ਼ਹਰਾ ਦੇ ਪਾਸੇ ਤੇ ਦਰਦ ਵਥੇ ਹੋਏ ਫਰਮੈਂਦਨ ਬੇਟਾ ਬਿਸਮਿਲਲਾ ਅਜ਼ਾਨ ਦਾ ਇੰਤਜ਼ਾਰ ਕਰੋ ਜਿਹੜੀ ਅਜ਼ਾਨ ਪਈ ਆਉਂਦੀ ਹੈ ਨਾ ਉਸ ਅਜ਼ਾਨ ਨੇ ਤੁਹਾਡੇ ਖਾਬ ਦੀ ਤਾਬੀਰ ਔਲਾਦ ਨੂੰ ਆਦਿਨ ਜ਼ਰਾ ਮੇਰੇ ਨਾਲ ਆਓ ਔਰ ਧੀਆਂ ਨੂੰ ਨਾਰ ਰਾਏ ਪੁੱਤਰਾਂ ਨੂੰ ਨਾਰ ਰਾਏ ਉਮੁਲ ਮਸਾਇਬ ਦੇ ਦਰਵਾਜ਼ੇ ਤੇ ਭਜਨ ਜਿਨ ਸਾਰੀ ਜ਼ਿੰਦਗੀ ਟੁਰਨ ਦਾ ਵੱਲ ਨਹੀਂ ਆਇਆ ਸ਼ਾਮ ਤੋਂ ਬਾਅਦ ਵੀ ਨਹੀਂ ਆਇਆ ਸ਼ਾਮ ਤੋਂ ਬਾਅਦ ਵੀ ਟੁਰ ਨਹੀਂ ਸਕਦੇ ਪਹਿਲੇ ਉਂਝ ਨਹੀਂ ਟੁਰ ਸਕਦੀ ਜੋ ਵੱਲ ਨਹੀਂ ਆਉਂਦਾ ਹਾਏ ਹਾਏ ਸ਼ਾਮ ਤੋਂ ਬਾਅਦ ਮੌਤ ਹੀ ਇੰਜ ਖਾ ਗਏ ਫਿਰਾਂ ਹਾਏ ਹਾਏ ਮਰਹਬਾ ਜਿਹੜੀ ਰੋ ਕਿਆ ਦੀ ਤੈਨੂੰ ਕਿਤਨਾ ਰੋਵਾਂ ਮੇਰਾ ਮਜ਼ਲੂਮ ਹੁਸੈਨ ਮੈਂ ਦਾਰੇਨ ਕੁਰਬਾਨ ਉਮੁਲ ਮਸਾਇਬ ਅਜ਼ਾਦਾਰੋ ਔਖਾ ਵੇਲਾ ਰੋਂਦਾ ਉਹ ਜਿੰਦਾ ਕਈ ਨੁਕਸਾਨ ਹੋਵੇ ਕੁਰਾਨ ਖੁੱਲੇ ਹੋਏ ਉੱਤੇ ਮੇਰੀ ਸੈਣ ਦੀ ਅੱਖਾਂ ਬੰਦ ਧੀਆਂ ਕਰੀਬ ਆਈ ਸੈਣ ਮੇ ਕਲਸੂਮ ਸਲਾਮ ਉੱਲਾ ਅਲੈਹਾ ਸੈਯਦਾ ਰੁਕਈਆ ਸਲਾਮ ਉੱਲਾ ਅਲੈਹਾ ਅਰਜ਼ ਕੀਤਾ ਬਾਬਾ ਅਸੀਂ ਜਗਾਵੀਏ ਅਲੀ ਇਸ਼ਾਰਾ ਕੀਤਾ ਫਰਮਾਏ ਸ਼ੋਰ ਨਾ ਕਰੋ ਮੇਰੀ ਧੀ ਨੂੰ ਸ਼ੋਰ ਚੰਗਾ ਨਹੀਂ ਹਾਏ ਵਾਹ ਭਾਈ ਸਲਾਮ ਹੈ ਭਾਈ ਸਲਾਮ ਹੈ ਮੈਂ ਰਾਜ਼ੀ ਆ ਮਰਫਤ ਰੋਵਣ ਇੰਜ ਹੀ ਹੁੰਦਾ ਹੈ ਸ਼ੋਰ ਉਹ ਜਿਹਨ ਸ਼ੋਰ ਚੰਗਾ ਨਹੀਂ ਨਾ ਲੱਗਦਾ ਉਹ ਲੱਖਾਂ ਦੇ ਮਜਮੇ 'ਚ ਰੋਲ ਗਈ ਅੱਲਾਹੁ ਅਕਬਰ ਹੋ ਕਬੀਰਾ ਫਰਮਾਏ ਕੋਈ ਨਾ ਜਗਾਵੇ ਧੀ ਵੀ ਮੇਰੀ ਹੈ ਜਗਾ ਇਸ ਸਮੇਂ ਮੈਂ ਆਪ ਦੁਆ ਮੰਗੋ ਸ਼ਾਲ ਧੀ ਦੇ ਸਾਹਮਣੇ ਪਿਓ ਨਾ ਰੋਵੇ ਧੀ ਦਾ ਜਿਗਰ ਫਟ ਵੈਂਦਾ ਕੋਈ ਵੇਧਾ ਨਹੀਂ ਨਾ ਹਾਲ ਧੀਆਂ ਦਾ ਪਿਓ ਰੋਂਦਾ ਪਿਓ ਵੇ ਅਲੀ ਅਲੈ ਸਲਾਮ ਦੀਆਂ ਅੱਖਾਂ ਵਸੀਆਂ ਬਾਦਸ਼ਾਹ ਦੇ ਗਰਮ ਗਰਮ ਹੰਝੂ ਆਲੀਆ ਦੇ ਸਰ ਮੁਬਾਰਕ ਤੇ ਡਿੱਠੇ ਮੇਰੀ ਸੈਣ ਤੜਪ ਕੇ ਉੱਠੀ ਤੇ ਜਿਵੇਂ ਡਿੱਠੇ ਨਾ ਬਾਬਾ ਪਿਆ ਰੋਂਦਾ ਹੈ ਖੁੱਲੇ ਜਾਏ ਨਬ ਦੇ ਵਾਲ ਬੀਬੀ ਆਦੀ ਦੱਸਿਆ ਗਾਜ਼ੀ ਦੇ ਜਿੰਦਿਆਂ ਕੈ ਰੁਆਈ ਮਰਹਬਾ ਅੱਲਾ ਰਾਜ਼ੀ ਹੋਵੇ ਥੱਕ ਨਹੀਂ ਅੱਲਾ ਵਾਸਤੇ ਰੋਜ਼ੇ ਨਾਲ ਅਜ਼ੀਮ ਇਬਾਦਤ ਹੈ ਸੈਯਦਾ ਦੇ ਆਲੀਆ ਲਾਜ਼ਿਆਂ ਦਾ ਮਹਿਮਾਨ ਬਾਬਾ ਮਿਲਣ ਆਈ ਬੀਬੀ ਆਦੀ ਬਾਬਾ ਧੀਆਂ ਨਾਲ ਪੁੱਤਰ ਨਾਲ ਕਿਉਂ ਵਧਾ ਰੋਣੇ ਸੈਯਦਾ ਦੇ ਆਲੀਆ ਜਿਹੜਾ ਮਦੀਨੇ ਵਸਦੇ ਆਸੇ ਵੇੜਿਆ ਵਾ ਤੂੰ ਮਾਂ ਦੀ ਕਾਣ ਦਾ ਓਹਲਾ ਲਵਿਆ ਸੈਯਦਾ ਦੇ ਸਾਰੀ ਜ਼ਿੰਦਗੀ ਸਿੱਖਦਾਰੀਆਂ ਅੱਜ ਮਿੰਨਤ ਕਰੇ ਨਾ ਇੱਕ ਵਾਰੀ ਥੋੜੀ ਜਿਹੀ ਚਾਦਰ ਹਟਾ ਮਾਤਮੀਆਂ ਆਲੀਆ ਚਾਦਰ ਹਟਾਈਏ ਅਲੀ ਵਾਲ ਚੁੰਮ ਕੇ ਆਦਨ ਇਹਨਾਂ ਵਾਲਾਂ ਖੁੱਲ ਵਜਣਾ ਮਰਹਬਾ ਮਰਹਬਾ ਤੈ ਰੁੱਲ ਵਜਣਾ ਹੈ ਮੇਰੀ ਬਚੜੀ ਜਲਾ ਕੱਲਾ ਆਲੀਆ ਦੀ ਯਤੀ ਵੀ ਹੈ ਅਲੀ ਦੇ ਪੁੱਤਰਾਂ ਦੀ ਯਤੀ ਵੀ ਹੈ ਜੇ ਨੌਕਰਾਂ ਮੈਂ ਲੱਖ ਵਾਰੀ ਆਖਾਂ ਅਜ਼ਾਦਾ ਰੋ ਸਿਲੇ ਹਸਨ ਰੋ ਕਿਆ ਦਿਨ ਆਲੀਆ ਮੈਨੂੰ ਬਾਬੇ ਮਦੀਨਾ ਸਮਝਾਇਆ ਹੁਸੈਨ ਰੋ ਕੇ ਪਿਆ ਦਿਨ ਆਲੀਆ ਇੱਕ ਬੜਾ ਪੁਰਾਣਾ ਜਿਹਾ ਬੰਦ ਪੜੂਆਂ ਆਲੀਆ ਮੈਨੂੰ ਬਾਬੇ ਕਰਬਲਾ ਸਮਝਾਈ ਦੋ ਸਾਲਾਂ ਦਾ ਸਜਾਦ ਪਿਆ ਦੇ ਅੰਮਾ ਮੈਨੂੰ ਬਾਬੇ ਸ਼ਾਮ ਸਮਝਾਈ ਮਾਤਮੀ ਨਾਲ ਗੱਲ ਆਲੀਆ ਰੋ ਕੇ ਆਦੀਏ ਧੀ ਦੇ ਜ਼ਿੰਮੇ ਵੀ ਕੋਈ ਕੰਮ ਲਾਈ ਵੰਜ ਬਾਬਾ ਅਲੀ ਰੁਨੈ ਤੇ ਰੋ ਕੇ ਆਦਿਨ ਤੂੰ ਘਰ ਵਿੱਚ ਟੁਰਣਾ ਆਏ ਸਿੱਖਿਆ ਕਰ ਕੋਈ ਆਸੀਆ ਜ਼ੈਨਬਾ ਸਦਕਾ ਆਇਓ ਦੌਰੇ ਅਲੀਆ ਦਿਨ ਮੈਨੂੰ ਚਿੰਤਾ ਹੈ ਮਰਹਬਾ ਮਰਹਬਾ ਉਸ ਦੌਰ ਦੇ ਵਿੱਚ ਤੈਨੂੰ ਉਮਤ ਨਾਨੇ ਦੀ ਟੋਰੇ ਜਵਾਬ ਸੁਣਿਆ ਤੜਪੀਏ ਮੇਰੀ ਸੈਣ ਹੱਥ ਬੰਨ ਕੇ ਆਦੀਏ ਮੈਂ ਕਿਉਂ ਟੁਰ ਸਾਂ ਮੇਰਾ ਸੋਹਣਾ ਬਾਬਾ ਮੇਰੇ ਵੀਰ ਕਿਹਾ ਇਹਨ ਥੋੜੇ ਜਿਹੜੇ ਗਾਜੀ ਦੇ ਨਾ ਕਰੋ ਇੱਕ ਫਿਰਾਲ ਮੂੰਹ ਕਰਕੇ ਆਦੀਏ ਜੈ ਭੈਣ ਦਾ ਵੀਰ ਉਹ ਅੱਬਾਸ ਹੋਵੇ ਉਹਨੂੰ ਟੁਰਨ ਦੀ ਕਿਹੜੀ ਅਜ਼ਾਦਾ ਦਾ ਰੁਨੈ ਅਲੀ ਤੇ ਰੋ ਕੇ ਆਦੇ ਹੈਨੀ ਆਰ ਜ਼ਿਮਾ ਮਰਹਬਾ ਮਰਹਬਾ ਅੱਲਾ ਰਾਜ਼ੀ ਹੋਵੀ ਮਾਂ ਹੁਸੈਨ ਦੀ ਮੈਨੂੰ ਵੀ ਤਾਕਤ ਦੇ ਸੀ ਅਜ਼ਾਨ ਤਾਂ ਮੈਂ ਪੜਦੀ
रोंदियों या धियां ते पुत्रां नू छोड़ के। अली अलैहि सलाम पुत्रां दी ड्यूटी लाइए, चूंकि लखा दी आबादी है कूफा दी, फलां फलां मस्जिद जाओ के जमात कराओ। अजादारा मर जावा जुमला न पढ़ा, मेरे मौला से ने टुरना शुरू की ते धियां कांड पईयां वे दिए। अजादारा घर चंद पाल तू बतखैन जीना, मौला दी आवाज चुंजा पाया। परिंदा रोवे शिया न रोवे, हो ही नहीं सकता जिन मस्जिद न जा ज़ैनब रोल वजना है। आदिन मौला ईद आ गई है। मरहबा मरहबा, अल्लाह राजी हो भी भाई, अल्लाह राजी हो भी। अल्हम्दुलिल्लाह, एक रिवायत मुताबिक दरवाजा नहीं पे खुलता, दरवाजे चो आवाज है या अली मस्जिद न जा गाजी यतीम हो वैसी। अजादारो दरवाजा नहीं खुलिया, अलामा मजलसी अलैहि रहमा ने लिखिया अली यदुल्लाही जोर दे नाल दरवाजा पटिया। दरवाजा दीवार न रख के रोंदी कायना मातमी नाल गले, रोंदी कायनात नु छोड़ के अली कातिल दे सिर ते रुकिया। पैर दी ठोकर मार के आदन जाग नमाज दवे लई। मरहबा मरहबा, हुण हाय निकली है जिवें अली, जिवें अली दे मन्नण वाले नु रोवणा चाहिए। मरहबा मर मैं लखवेरी आखा अजादारो मेरे मौला टुरेन, बादशाह गुलदस्ता अजान ते आए न। अजादारो इस तू पहले मैं अजान शुरू करा, मेरी मर्जी है मैं जवानां नु दसा जिंदगी दियां दो अजाना जड़ियां ज़ैनब औखियां सुड़िया। हाय हाय, अल्लाह तेरी हायरत नजर अजीम देवे। केड़ी अजान, एक दामी दी अली अकबर दी अजान, मातमी नाल गले ओ जवानो दुई उनवी रमजान दी अजान। अली गुलदस्ता अजान ते आ क्या कहे अल्लाह अकबर। ओ जवानो जिवे ज़ैनब सुती पईया वाल खुल गए, भैणन जगा के आ दिए जागो मां ज़हरा आ गई। अम्मा रो रो के आ दिए बाबा जिंदगी दी आखरी अजान। मरहबा मरहबा मरहबा, गर्मी ज्यादा है, मैं भी रोजे नाल दूजी त्रीजी हाजरी आज दिन दी। अजादारो दो वेण होर करे सा, अली अजान दा दूजा कलमा बुलंद कीता अल्लाह अकबर। ओ जवानो रोजेदार जवाब दिव्या है, सहरी दे टाइम किसे वेड़े च एक बच्चा रोवे रोजेदार, पूरा महला सुन दे किसे दे घर बच्चा पिया रोंद, रख सिर ते कुरान ते जवाब दे जिस वेड़े च त्रे सैयादियां दे वाल खुले हो। ज़ैनब जरूनी है गाजी तलवार चाहिए। मादाम रो के आदे क्यों रोने ते बीबी आदी है मैं ख्वाब विचाले, आए डिटाए गाजी कद काबे दी। बिस्मिल्लाह बिस्मिल्लाह, हिम्मत कोई नहीं, आखिरी वेण जरा सुना दे। अजादारा मिलदी रही अजान, सुन दिया रही अली दिया धिया। मेरे मौला मस्जिद मेहराब चाके बह गए, नमाजी आंदे रहन वजू करते रहन, सफा बन दिया रही। औखा जुमल है मेरी जाकरी दा, मेरी बख्तां दी बतदाई बादशाह दी जरब तू हुई है। एक ही चकोट मोमिन रोंदा हो जिंदा कई नुकसान होवे। एक वैन करे ना अजादार अली अलैहि सलाम मकामत पड़ी, एक कमी ना वुजू वाली जात उठिए कर सो बर्दाश्त। जेड़े कारी कुरान कुरान नु सामने रखे, मैं इशारा करना उससे ते मातम है। अजादारा मेरे मौला ने तकबीरा तो लहराम बुलंद की थी, इस कमी ने सफा दे तलो तलवार छिकी है। अजादारा लया कुरान मयात रख देना, इस तलवार चाहिए हूरा देवाल खुल गए। ओए जवानो अली रखू वे चाहे कमीना मस्जिद दे अंदर आया, अली सही दे चार रखिया जहरा तू कबर छुट गई। इस कमीने दुआ तनाल जरा बमारी, जिवे कारी दे सामने कुरान खुल दे जिब्राइल वैन कर क्या दे कद को ते लाय अमीरल ताई तादा आज वे चकूफा दे। माता में अली माता में हुसैन।